ਸਤਿਕਾਰ ਦੋਸਤੋ BS ਨਿਊਜ਼ ਪੰਜਾਬੀ ਤੇ ਤੁਹਾਡਾ ਸਵਾਗਤ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਦੀ ਲਾਂਤ ਨਾਲ ਨਿਪਟਣ ਲਈ ਕੌਮੀ ਡਰੱਗ ਨੀਤੀ ਲਿਆਉਣ ਲਈ ਆਪਣੀ ਮੰਗ ਨੂੰ ਦੁਹਰਾਉਂਦਿਆਂ ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਵਾਸਤੇ SGF ਪੁਲਿਸ ਅਤੇ ਖੁਫੀਆ ਵਿੰਗ ਦਰਮਿਆਨ ਹੋਰ ਤਾਲਮੇਲ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ ਹੈ। ਇਸ ਲਾਂਤ ਖਿਲਾਫ ਲੜਾਈ ਵਿੱਚ ਸਾਰੀਆਂ ਧਿਰਾਂ ਦੇ ਸਹਿਯੋਗ ਦੀ ਮੰਗ ਕਰਦੇ ਹੋਏ ਮੁੱਖ ਮੰਤਰੀ ਨੇ ਇਸ ਨੂੰ ਆਰਮੀ ਸਮੱਸਿਆ ਕਰਾਰ ਦਿੱਤਾ ਹੈ। ਉਹਨਾਂ ਕਿਹਾ ਕਿ ਭਾਵੇਂ ਕਿ ਹਰਿਆਣਾ, ਰਾਜਸਥਾਨ, ਹਿਮਾਚਲ ਪ੍ਰਦੇਸ਼, ਦਿੱਲੀ ਵਰਗੇ ਗੁਆਂਢੀ ਸੂਬੇ ਨਸ਼ਿਆਂ ਦੀ ਤਸਕਰੀ ਨਾਲ ਨਿਪਟਣ ਲਈ ਕਾਰਗਰ ਢੰਗ ਤਰੀਕਾ ਲਾਗੂ ਕਰਨ ਵਾਸਤੇ ਰਾਜਾਮੰਦ ਹੋਏ ਸਨ, ਪਰ ਇਸ ਪਾਸੇ ਵੱਲ ਮਹੱਤਵਪੂਰਨ ਅਮਲ ਨਹੀਂ ਹੋਇਆ। ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਨਸ਼ਿਆਂ ਪ੍ਰਤੀ ਕਿਸੇ ਕਿਸਮ ਦਾ ਲਿਹਾਜ਼ ਨਹੀਂ ਵਰਤੇਗੀ। ਉਹਨਾਂ ਨੇ ਇਸ ਸਮੱਸਿਆ ਦਾ ਕਾਰਨ ਸੂਬੇ ਵਿੱਚੋਂ ਨਾਰਕੋ ਅੱਤਵਾਦ ਨੂੰ ਹੱਲਾਸ਼ੇਰੀ ਦੇਣ ਲਈ ਪਾਕਿਸਤਾਨ ਦੇ ਨਾਲ ਨਾਲ ਤਸਕਰਾਂ, ਗੈਂਗਸਟਰਾਂ ਅਤੇ ਅੱਤਵਾਦੀਆਂ ਦਰਮਿਆਨ ਮਜ਼ਬੂਤ ਗੱਠਜੋੜ ਦੱਸਿਆ। ਨਸ਼ਾਖੋਰੀ ਅਤੇ ਤਸਕਰੀ ਵਿਰੁੱਧ ਕੌਮਾਂਤਰੀ ਦਿਹਾੜੇ ਮੌਕੇ ਲੋਕਾਂ ਨੂੰ ਮੁਖਾਤਬ ਹੁੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਬਹੁਤੇ ਨਸ਼ੇ ਖਾਸ ਤੌਰ ਉੱਤੇ ਅਫਗਾਨਿਸਤਾਨ ਤੋਂ ਹੈਰੋਇਨ ਦੀ ਤਸਕਰੀ ਵਾਇਆ ਪਾਕਿਸਤਾਨ, ਗੁਆਂਢੀ ਸੂਬੇ ਹਰਿਆਣਾ, ਜੰਮੂ ਕਸ਼ਮੀਰ, ਰਾਜਸਥਾਨ, ਦਿੱਲੀ ਅਤੇ ਇੱਥੋਂ ਤੱਕ ਕਿ ਨੇਪਾਲ ਤੋਂ ਹੁੰਦੀ ਹੈ। ਉਹਨਾਂ ਨੇ ਇਸ ਕਦਮ ਨੂੰ ਪੰਜਾਬ ਦੀ ਜਵਾਨੀ ਨੂੰ ਕਮਜ਼ੋਰ ਕਰਨ ਅਤੇ ਉਹਨਾਂ ਨੂੰ ਹਥਿਆਰਬੰਦ ਸੈਨਾਵਾਂ ਤੋਂ ਦੂਰ ਕਰਨ ਲਈ ਪਾਕਿਸਤਾਨ ਦੀ ਸਾਜ਼ਿਸ਼ ਦੱਸਿਆ। ਉਹਨਾਂ ਨੇ ਡਰੋਨਾਂ ਰਾਹੀਂ ਨਸ਼ਿਆਂ ਦੀ ਤਸਕਰੀ ਅਤੇ ਕਾਂਡਲਾ ਬੰਦਰਗਾਹ ਰਾਹੀਂ ਪੰਜਾਬ ਨੂੰ ਭੇਜੀ ਜਾਣ ਵਾਲੀ 700 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੇ ਜਾਣ ਦੀਆਂ ਘਟਨਾਵਾਂ ਦਾ ਵੀ ਹਵਾਲਾ ਦਿੱਤਾ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਵੀ ਜੰਮੂ ਕਸ਼ਮੀਰ ਵਿੱਚ ਉੜੀ ਸੈਕਟਰ ਰਾਹੀਂ ਪਾਕਿਸਤਾਨ ਵੱਲੋਂ ਖਤਰਨਾਕ ਹਥਿਆਰ ਭੇਜੇ ਗਏ ਹਨ। ਜੀ, ਸਾਡੇ DGP ADGP ਦੇ ਅਧੀਨ ਉਹਨਾਂ ਨੂੰ ਮੈਂ ਸਪੈਸ਼ਲੀ ਲਿਆਇਆ ਸੀ ਛੱਤੀਸਗੜ੍ਹ ਤੋਂ, ਔਰ ਉਹਨਾਂ ਨੂੰ ਇਹ ਟਾਸਕ ਦਿੱਤਾ ਸੀ ਕਿ ਤੁਸੀਂ ਇਹ ਕੰਮ ਕੀਤਾ ਹੈ, ਕਰਨਾ ਹੈ, ਔਰ ਉਹਨਾਂ ਨੇ ਇੱਕ ਟੀਮ ਬਣਾਈ ਹੈ ਔਰ ਉਸ ਟੀਮ ਨੇ ਆ ਸ਼ੁਰੂਆਤ ਕੀਤੀ ਸੀ। ਇਹ ਬਾਡੀ ਪ੍ਰੋਗਰਾਮ, ਵੇਟ ਸੈਂਟਰਸ, ਇੱਕ ਪਾਸੇ ਇਹਦੀ ਕਾਨੂੰਨੀ ਤੌਰ 'ਤੇ ਇਹਦਾ ਸਾਹਮਣਾ ਕਰਨਾ, ਔਰ ਦੂਜੇ ਪਾਸੇ ਉਹ ਬੱਚੇ ਜਿਹੜੇ ਫਸੇ ਹੋਏ ਨੇ ਇਹਦੇ ਵਿੱਚ, ਉਹਨਾਂ ਨੂੰ ਉਸ ਤੋਂ ਕੱਢਣਾ। ਇਹ ਸਾਰਾ ਕੁਛ ਉਸ ਟੀਮ ਨੇ ਕੀਤਾ ਸੀ। ਅੱਜ ਉਹ ਨਹੀਂ ਹੈ, ਉਰੇ ਬਾਹਰ ਗਏ ਹੋਏ ਨੇ, ਲੇਕਿਨ ਉਹਨਾਂ ਦੀ ਟੀਮ ਉਰੇ ਸੁਣਦੀ ਹੋਊਗੀ ਜ਼ਰੂਰ। ਮੈਂ ਤੁਹਾਡਾ ਧੰਨਵਾਦੀ ਹੈ ਔਰ ਮੈਂ ਪੰਜਾਬ ਪੁਲਿਸ ਦਾ ਧੰਨਵਾਦੀ ਹੈ, ਕਿਉਂਕਿ ਇਹ ਗੱਲਾਂ ਚਾਹੇ ਟਾਸਕ ਫੋਰਸ ਆਪਾਂ ਬਣਾਈਏ, ਲੇਕਿਨ ਜਦੋਂ ਤਾਈਂ ਸਾਰੇ ਇਹਦੇ ਵਿੱਚ ਹਿੱਸਾ ਨਹੀਂ ਪਾਉਣਗੇ, ਇਹ ਕਾਮਯਾਬ ਨਹੀਂ ਹੋ ਸਕਦੀ। ਆਪਾਂ ਨੂੰ ਹਰ SHO ਦੀ ਲੋੜ ਹੈ, ਹਰ ਡਿਸਟ੍ਰਿਕਟਸ ਦੀ ਲੋੜ ਹੈ, ਹਰ ਪੁਲਿਸ ਫੋਰਸ ਦੀ ਇੰਟੈਲੀਜੈਂਸ ਵਾਲਿਆਂ ਦੀ ਲੋੜ ਹੈ, ਜਿਹੜੇ ਸਾਨੂੰ ਦੱਸਣਗੇ ਕਿ ਕਿਸ ਤਰੀਕੇ ਨਾਲ ਇੱਥੇ ਕਿੱਥੇ ਆਪਣੇ STF ਦੇ ਨਾਲ ਜੁੜ ਕੇ STF ਉਹਨਾਂ ਤੋਂ ਸਭ ਕੁਛ ਲੈ ਸਕਦੀ ਹੈ, ਇਨਫੋਰਮੇਸ਼ਨ ਵਗੈਰਾ, ਤਾਂ ਹੀ ਇਹ ਗੱਲ ਚੱਲਦੀ ਹੈ।